ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਲੰਮੇ ਸਮੇਂ ਤੋਂ ਤੁਸੀਂ ਜੋਬ ਕਰਦੇ ਆ ਰਹੇ ਹੋ, ਤੁਸੀਂ ਏਐਸਆਈ ਦੀ ਪੋਸਟ ਤੇ ਪਹੁੰਚ ਗਏ ਹੋ, ਪਰ ਅੱਜ ਤੁਹਾਨੂੰ ਪਹਿਲੀ ਵਾਰੀ ਸਨਮਾਨਿਤ ਕੀਤਾ ਗਿਆ ਜਨਾਲੇ ਵਿੱਚ, ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗਾ ਜੀ, ਵਧੀਆ ਰਿਹਾ। ਜਿਹੜੇ ਗ੍ਰੀਨ ਕ੍ਰੈਕਰ ਸੀ ਇਸਤੇਮਾਲ ਕਰਨ ਦੂਜੇ ਪਟਾਕਿਆਂ ਤੋਂ ਗੁਰੇਜ਼ ਕਰਨ, ਕਿਉਂ ਪੋਲਿਊਸ਼ਨ ਬਹੁਤ ਹੈ। ਜਿਹੜਾ ਸਾਡਾ ਕੋਵਿਡ-19 ਹੈ, ਕਰੋਨਾ ਹੈ, ਉਹ ਵੀ ਸਿੱਧਾ ਸਾਡੀ ਹੈਲਥ 'ਤੇ, ਸਾਡੀ ਚੈਸਟ 'ਤੇ, ਸਾਹ 'ਤੇ ਸਾਡੇ ਅਟੈਕ ਕਰਦਾ, ਅਤੇ ਪਟਾਕਿਆਂ ਨਾਲ ਪੋਲਿਊਸ਼ਨ ਜ਼ਿਆਦਾ ਹੁੰਦਾ। ਪਟਾਕਿਆਂ ਤੋਂ ਗੁਰੇਜ਼ ਕਰਨ ਅਸੀਂ ਜਦੋਂ 1990 ਤੋਂ ਲੈ ਕੇ ਅੱਜ ਤੱਕ ਡਿਊਟੀ ਕਰਦੇ ਆ ਰਹੇ ਹਾਂ, ਅੱਜ ਤੱਕ ਸਾਨੂੰ ਕਿਸੇ ਨੇ ਇੰਨਾ ਸਨਮਾਨਿਤ ਨਹੀਂ ਕੀਤਾ। ਅੱਜ ਸਰਦਾਰ ਮਨਿੰਦਰਪਾਲ ਸਿੰਘ ਹੈ ਸੱਚੋ ਜਨਾਲਾ, ਉਹਨਾਂ ਨੇ ਸਾਨੂੰ ਆ ਸਨਮਾਨਿਤ ਕੀਤਾ। ਮੈਂ ਦਲਵਿੰਦਰ ਸਿੰਘ, KDM ਟਰੈਵਲ, ਬਸਤੀ ਚੌਂਕ, ਲੁਧਿਆਣਾ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਆਉਣ ਵਾਲੇ ਤਿਉਹਾਰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ। ਇਸ ਦੇ ਨਾਲ ਹੀ ਮੈਂ ਵਿਸ਼ਵਕਰਮਾ ਡੇ ਦੀਆਂ, ਗੁਰਪੁਰਬ ਦੀਆਂ ਅਤੇ ਨਵੇਂ ਸਾਲ ਦੀਆਂ ਵੀ ਬਹੁਤ ਬਹੁਤ ਵਧਾਈਆਂ ਦਿੰਦਾ। ਸਾਰੇ ਦੇਸ਼ ਵਾਸੀਆਂ ਲਈ ਨਵਾਂ ਸਾਲ ਖੁਸ਼ੀਆਂ ਭਰਿਆ ਆਏ, ਔਰ ਇੱਕ ਵਾਰੀ ਫਿਰ ਮੈਂ ਆਪ ਸਭ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ। ਸਤਿ ਸ਼੍ਰੀ ਅਕਾਲ, ਪ੍ਰਾਈਮੋ ਦੇ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਜਗਜੀਤ ਸਿੰਘ। ਦਰਸ਼ਕੋ, ਤੁਸੀਂ ਵੇਖ ਰਹੇ ਹੋ ਕਿ ਜਿਵੇਂ ਹੀ ਵੱਡੇ ਵੱਡੇ ਅਫਸਰਾਂ ਵੱਲੋਂ ਜਿਹੜਾ ਵਾ ਉਹ ਹਰ ਇੱਕ ਨੂੰ ਜਿਹੜਾ ਦੀਵਾਲੀ ਦੇ ਤਿਉਹਾਰ 'ਤੇ ਜਿਹੜਾ ਸਨਮਾਨਿਤ ਕੀਤਾ ਜਾਂਦਾ, ਅਤੇ ਗੱਲ ਕਰੀਏ ਅਤੇ ਹੋਮਗਾਰਡ ਦੀ ਗੱਲ ਕਰੀਏ ਤਾਂ ਇੱਕ ਜਿਹੜੀ ਇੱਕ ਆਪਣੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ ਪੁਲਿਸ ਦੀ, ਅਤੇ ਪਰ ਉਹਨੂੰ ਕਦੀ ਵੀ ਜਿਹੜਾ ਸਨਮਾਨਿਤ ਨਹੀਂ ਦਿੱਤਾ ਗਿਆ। ਪਰ ਅੱਜ ਗੱਲ ਕਰੀਏ ਸਰਹੱਦੀ ਤਸੀਲ ਇਨਾਲਾ ਦੇ, ਅਸੀਂ ਗੱਲ ਕਰਾਂਗੇ ਅਤੇ ਉੱਥੇ ਥਾਣੇ ਦੇ ਵਿੱਚ SHO ਰਵਿੰਦਰਪਾਲ ਜੀ ਵੱਲੋਂ ਜਿਹੜਾ ਅੱਜ ਉਹ ਹੋਮਗਾਰਡ ਨੂੰ ਜਿਹੜਾ ਅੱਜ ਸਨਮਾਨਿਤ ਕੀਤਾ ਗਿਆ ਵਾ, ਅਸੀਂ ਉਹਨਾਂ ਨਾਲ ਗੱਲ ਵੀ ਕਰਾਂਗੇ। ਅੱਜ ਉਹਨਾਂ ਵੱਲੋਂ ਜਿਹੜਾ ਵਾ ਅੱਜ ਆਪਣੇ ਜਿਹੜੇ ਹੋਮਗਾਰਡ ਦੇ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਨੂੰ ਅੱਜ ਸਨਮਾਨਿਤ ਕਰਕੇ ਅਤੇ ਬੜਾ ਮਾਣ ਸਨਮਾਨ ਦਿੱਤਾ ਗਿਆ ਵਾ ਦੀਵਾਲੀ ਦੇ ਸ਼ੁਭ ਅਵਸਰ 'ਤੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਸਰ, ਤੁਹਾਡਾ ਸਵਾਗਤ ਹੈ ਜੀ ਪ੍ਰਾਈਮੋ ਦੇ ਵਿੱਚ। ਤੁਸੀਂ ਅੱਜ ਜਿਹੜਾ ਸਨਮਾਨਿਤ ਕੀਤਾ ਇਹਨਾਂ ਨੂੰ ਹੋਮਗਾਰਡ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਥਾਣਾ ਜਨਾਲਾ ਵਿੱਚ ਬਤੌਰ ਮੁੱਖ ਅਫਸਰ ਲੱਗਾ ਹੋਇਆ, ਅਤੇ ਤੁਸੀਂ ਵੀ ਦੇਖਦੇ ਹੋ, ਮੈਂ ਵੀ ਦੇਖਦਾ ਕਿ ਜਿਹੜੀ ਦੀਵਾਲੀ ਦਾ ਤਿਉਹਾਰ ਹੈ ਉਹ ਦਿਨੋਂ ਦਿਨ ਇੱਕ ਇਸ ਤਰੀਕੇ ਨਾਲ ਤਬਦੀਲ ਹੁੰਦਾ ਜਾ ਰਿਹਾ ਕਿ ਗਿਫਟ ਦਾ ਜਿਹੜਾ ਪ੍ਰਚਲਨ ਹੈ ਉਹ ਬਹੁਤ ਜ਼ਿਆਦਾ ਵੱਧ ਗਿਆ। ਗਿਫਟ ਦੇ ਕੇ ਅਤੇ ਗਿਫਟ ਲੈ ਕੇ ਲੋਕ ਇੱਕ ਖੁਸ਼ੀ ਮਹਿਸੂਸ ਕਰਦੇ ਆ, ਪਤਾ ਨਹੀਂ ਖੁਸ਼ੀ ਅਸਲ ਹੈ ਕਿ ਨਕਲ ਹੈ ਕਿ ਵਰਚੁਅਲ ਹੈ, ਲੇਕਿਨ ਗਿਫਟ ਦਾ ਪ੍ਰਚਲਨ ਹੈ। ਮੈਂ ਵੀ ਮੁੱਖ ਅਫਸਰ ਹਾਂ, ਮੇਰੇ ਤੋਂ ਜੂਨੀਅਰ ਅਫਸਰ ਵੀ ਨੇ ਅਤੇ ਮੇਰੇ ਤੋਂ ਸੀਨੀਅਰ ਅਫਸਰ ਵੀ ਨੇ, ਲੇਕਿਨ ਮੈਂ ਮਹਿਸੂਸ ਕਰਦਾ ਇੱਕ ਵਰਗ ਸਾਡਾ ਇਹੋ ਜਿਹਾ ਹੈ, ਖਾਸ ਕਰ ਮੇਰੇ ਪੁਲਿਸ ਦਾ ਜਿਹੜਾ ਸਾਡਾ ਹੋਮਗਾਰਡ ਅਤੇ SPO ਨੇ, ਉਹਨਾਂ ਵੱਲ ਅਸੀਂ ਖਾਸ ਤਵੱਜੋ ਨਹੀਂ ਦਿੰਦੇ, ਲੇਕਿਨ ਦੇ ਆਰ ਬੈਕਬੋਨ ਆਫ ਡਿਪਾਰਟਮੈਂਟ, ਸਾਡੇ ਪੰਜਾਬ ਪੁਲਿਸ ਦੇ ਮਹਿਕਮੇ ਦੀ ਉਹ ਰੀੜ੍ਹ ਦੀ ਹੱਡੀ ਨੇ। ਅਤੇ ਮੈਂ ਅੱਜ ਪ੍ਰਣ ਕੀਤਾ ਕਿ ਇਸ ਦੀਵਾਲੀ ਦੇ ਮੌਕੇ ਮੈਂ ਛੋਟੀ ਜਿਹੀ ਗਿਫਟ ਉਹਨਾਂ ਨੂੰ ਔਫਰ ਕੀਤੀ ਹੈ, ਅਤੇ ਮੈਨੂੰ ਮਹਿਸੂਸ ਹੋਇਆ ਕਿ ਮੈਂ ਆਪਣੇ ਜਿਹੜਾ ਮਹਿਕਮਾ, ਆਪਣੇ ਥਾਣਾ, ਉਹਦਾ ਸਭ ਤੋਂ ਨਿਚਲੇ ਪੱਧਰ ਦਾ ਜਿਹੜਾ ਕਰਮਚਾਰੀ ਹੈ ਉਹਨੂੰ ਮੈਂ ਮਾਣ ਮਹਿਸੂਸ ਕਰਵਾਉਣ ਦਾ ਮੌਕਾ ਦਿੱਤਾ, ਅਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਦੀਵਾਲੀ ਦੇ ਮੌਕੇ ਸ਼ੁਭਕਾਮਨਾਵਾਂ ਦਿੰਦਾ। ਅਤੇ ਸਰ, ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ, ਕੀ ਅਪੀਲ ਕਰਨੀ ਚਾਹੁੰਦੇ ਹੋ, ਜਿਹੜੇ ਕਿ ਅੱਜ ਵੀ ਕਿਉਂਕਿ ਦੀਵਾਲੀ ਦੇ ਤਿਉਹਾਰ ਉੱਤੇ ਬੜਾ ਕੁਝ ਧਿਆਨ 'ਚ ਰੱਖਣ ਵਾਲੀਆਂ ਗੱਲਾਂ ਹੁੰਦੀਆਂ ਨੇ, ਕਿਉਂਕਿ ਕੋਰੋਨਾ ਮਹਾਂਮਾਰੀ ਵੀ ਜਿਹੜੀ ਆ ਉਸੇ ਤਰ੍ਹਾਂ ਹੀ ਮੌਜੂਦ ਆ, ਜੇ ਗੱਲ ਕਰੀਏ ਤਾਂ ਹਲੇ ਖਤਮ ਨਹੀਂ ਹੋਈ, ਚੱਲ ਰਹੀ ਆ, ਅਤੇ ਕੀ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਜੇ, ਕੀ ਮੈਸੇਜ ਦੇਣਾ ਚਾਹੁੰਦੇ ਜੇ ਨਾਲ ਵਾਸੀ? ਦੇਖੋ ਜੀ, ਸਰਕਾਰੀ ਤੌਰ 'ਤੇ ਅਸੀਂ ਪਹਿਲੇ ਮੈਸੇਜ ਦਿੰਦੇ ਰਹੇ ਹਾਂ, ਹੁਣ ਵੀ ਦੇ ਰਹੇ ਹਾਂ, ਕੋਰੋਨਾ ਦਾ ਖਿਆਲ ਰੱਖੋ, ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਉਹਦਾ ਖਿਆਲ ਰੱਖਣ, ਆਪਣੀ ਸਿਹਤ ਦਾ ਖਿਆਲ ਰੱਖਣ, ਔਰ ਖਾਸ ਕਰ ਦੀਵਾਲੀ ਦੇ ਮੌਕੇ ਜਿਵੇਂ ਸਰਕਾਰ ਵੱਲੋਂ ਹੁਕਮ ਹੈ ਗ੍ਰੀਨ ਕ੍ਰੈਕਰਸ, ਜਿਹੜੇ ਗ੍ਰੀਨ ਕ੍ਰੈਕਰਸ ਇਸਤੇਮਾਲ ਕਰਨ ਦੂਜੇ ਪਟਾਕਿਆਂ ਤੋਂ ਗੁਰੇਜ਼ ਕਰਨ, ਕਿਉਂ ਪੋਲਿਊਸ਼ਨ ਬਹੁਤ ਹੈ। ਜਿਹੜਾ ਸਾਡਾ ਕੋਵਿਡ-19 ਹੈ, ਕਰੋਨਾ ਹੈ, ਉਹ ਵੀ ਸਿੱਧਾ ਸਾਡੀ ਹੈਲਥ 'ਤੇ, ਸਾਡੀ ਚੈਸਟ 'ਤੇ, ਸਾਹ 'ਤੇ ਸਾਡੇ ਅਟੈਕ ਕਰਦਾ, ਅਤੇ ਪਟਾਕਿਆਂ ਨਾਲ ਪੋਲਿਊਸ਼ਨ ਜ਼ਿਆਦਾ ਹੁੰਦਾ। ਪਟਾਕਿਆਂ ਤੋਂ ਗੁਰੇਜ਼ ਕਰਨ ਅਤੇ ਆਪਣੇ ਘਰ ਦਾ ਬਣਿਆ ਖਾਣਾ ਹੀ ਖਾਣ, ਅਤੇ ਆਪਣੀ ਸਿਹਤ ਦਾ ਖਿਆਲ ਰੱਖਣ। ਬਾਕੀ ਸਾਡੀ ਜਿਹੜੀ ਜਨਾਲਾ ਪੁਲਿਸ ਹੈ, ਮੈਂ ਅਤੇ ਮੇਰੀ ਟੀਮ 24 ਘੰਟੇ ਹਾਜ਼ਰ ਹਾਂ ਜੀ, ਕਿਸੇ ਟਾਈਮ ਵੀ ਲੋਕਾਂ ਨੂੰ ਲੋੜ ਹੋਵੇ ਸਾਡੇ ਫੋਨ ਨੰਬਰ ਉਹਨਾਂ ਕੋਲ ਨੇ। ਅਤੇ ਬਾਕੀ ਮੈਂ ਫਿਰ ਸਾਰਿਆਂ ਨੂੰ ਅਜਨਾਲਾ ਵਾਸੀਆਂ ਨੂੰ ਦੀਵਾਲੀ ਦੇ ਮੌਕੇ ਸ਼ੁਭਕਾਮਨਾਵਾਂ ਦਿੰਦਾ ਜੀ। ਸਾਡੇ ਨਾਲ ਇੱਥੇ ASI ਕੇਵਲ ਸਿੰਘ ਜੀ ਹੈਗੇ ਨੇ, ਜਿਹੜੇ ਹੋਮਗਾਰਡ ਤੋਂ ਹੈਗੇ ਨੇ, ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਕੇਵਲ ਸਿੰਘ ਜੀ, ਅੱਜ ਤੁਹਾਨੂੰ ਜਿਹੜਾ ਵਾ ਜਿਹੜਾ ਤੁਹਾਨੂੰ ਅੱਜ ਸਨਮਾਨਿਤ ਕੀਤਾ ਗਿਆ ਵਾ, ਕੀ ਕਹਿਣਾ ਚਾਹੁੰਦੇ ਹੋ? ਜੋ ਸਨਮਾਨਿਤ ਕੀਤਾ ਗਿਆ ਬਹੁਤ ਵਧੀਆ ਕੀਤਾ ਗਿਆ, ਇਸ ਤੋਂ ਪਹਿਲਾਂ ਵੀ ਕਦੀ ਨਹੀਂ ਇਹ ਕੀਤਾ ਗਿਆ ਜੋ ਅੱਜ ਕੀਤਾ ਗਿਆ ਸਾਡੇ। ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ, ਕਿਉਂਕਿ ਲੰਮੇ ਸਮੇਂ ਤੋਂ ਤੁਸੀਂ ਜੋਬ ਕਰਦੇ ਆ ਰਹੇ ਹੋ, ਤੁਸੀਂ ASI ਦੀ ਪੋਸਟ 'ਤੇ ਪਹੁੰਚ ਗਏ, ਪਰ ਅੱਜ ਤੁਹਾਨੂੰ ਪਹਿਲੀ ਵਾਰੀ ਸਨਮਾਨਿਤ ਕੀਤਾ ਗਿਆ ਜਨਾਲੇ ਵਿੱਚ, ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗਾ ਜੀ, ਵਧੀਆ ਰਿਕਾਰਡ 'ਤੇ। ਕੀ ਮੈਸੇਜ ਦੇਣਾ ਚਾਹੁੰਦੇ ਜੇ ਆਮ ਜਨਤਾ ਨੂੰ ਅਤੇ ਆਪਣੇ ਨਾਲ ਜਿਹੜੇ ਜੂਨੀਅਰ ਤੁਹਾਡੇ ਜਿਹੜੇ ਹੋਰ ਵੀ ਇੱਥੇ ਡਿਊਟੀ ਕਰ ਰਹੇ ਆ? ਮੈਂ ਸਾਰਿਆਂ ਨੂੰ ਇਹ ਹੋਣਾ ਵੀ ਆਪਣੀ ਇਮਾਨਦਾਰੀ ਨਾਲ ਡਿਊਟੀ ਕਰੋ ਅਤੇ ਪਬਲਿਕ ਦਾ ਸਾਥ ਦਿਓ।
ਸਾਡੇ ਨਾਲ ਇੱਥੇ ਹੈਗੇ ਨੇ ਕਿ ਸਤਪਾਲ ਸਿੰਘ ਜੀ ਹੈਗੇ ਨੇ, ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਨੂੰ? ਇੱਕ ਤੁਸੀਂ ਸਿਪਾਹੀ ਲੈਵਲ 'ਤੇ ਇੱਥੇ ਜੋਬ ਕਰਦੇ ਸੀ, ਹੁਣ ਤੁਸੀਂ ਹੌਲਦਾਰ ਹੋ ਗਏ ਹੋ ਜੀ। ਹਾਂਜੀ ਹਾਂਜੀ, ਪਰ ਅੱਜ ਤੁਸੀਂ ਹੌਲਦਾਰ ਪਹੁੰਚ ਗਏ ਹੋ, ਪਰ ਤੁਹਾਨੂੰ ਅੱਜ ਪਹਿਲੀ ਵਾਰੀ ਇੱਥੇ ਸਨਮਾਨਿਤ ਕੀਤਾ ਗਿਆ, ਕੀ ਕਹਿਣਾ ਚਾਹੁੰਦੇ? ਸਰ, ਆਪਣੇ SHO ਸਾਹਿਬ ਮਨਿੰਦਰਪਾਲ ਸਿੰਘ, SSP ਸਾਹਿਬ ਬਹਾਦਰ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਜਦੋਂ 1990 ਤੋਂ ਲੈ ਕੇ ਅੱਜ ਤੱਕ ਡਿਊਟੀ ਕਰਦੇ ਆ ਰਹੇ ਹਾਂ, ਅੱਜ ਤੱਕ ਸਾਨੂੰ ਕਿਸੇ ਨੇ ਇੰਨਾ ਸਨਮਾਨਿਤ ਨਹੀਂ ਕੀਤਾ। ਅੱਜ ਸਰਦਾਰ ਮਨਿੰਦਰਪਾਲ ਸਿੰਘ SHO ਜਨਾਲਾ, ਉਹਨਾਂ ਨੇ ਸਾਨੂੰ ਆਹ ਸਨਮਾਨਿਤ ਕੀਤਾ। ਅਸੀਂ SHO ਸਾਹਿਬ ਮਨਿੰਦਰਪਾਲ ਸਿੰਘ ਦਾ, SSP ਸਾਹਿਬ ਦਾ ਦਿਲੋਂ ਬਹੁਤ ਧੰਨਵਾਦ ਕਰਦੇ ਹਾਂ ਵੀ ਉਹਨਾਂ ਸਾਨੂੰ ਆਹ ਸਨਮਾਨਿਤ ਪਹਿਲੀ ਵਾਰੀ ਦਿੱਤਾ ਵਾ। ਅਤੇ ਜਨਤਾ ਨੂੰ ਇਹ ਆ ਵੀ ਪਟਾਕੇ ਨਾ ਚਲਾਓ, ਅਤੇ ਬਿਲਕੁਲ ਛੋਟੇ ਭਰਾਵਾਂ ਨੂੰ ਵੀ ਬੇਨਤੀ ਆ ਵੀ ਬਿਲਕੁਲ ਇਮਾਨਦਾਰੀ ਨਾਲ ਡਿਊਟੀ ਕਰੋ ਅਤੇ ਪਬਲਿਕ ਦਾ ਸਾਥ ਦਿਓ। ਤੁਸੀਂ ਵੇਖ ਰਹੇ ਹੋ ਕਿ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਵਿੱਚ ਇੱਕ ਵੱਖਰੀ ਜਿਹੜੀ ਖੁਸ਼ੀ ਦੀ ਲਹਿਰ ਹੈ। ਜੇ ਹੋਮਗਾਰਡ ਦੀ ਗੱਲ ਕਰੀਏ ਤਾਂ ਹੋਮਗਾਰਡ ਦੇ ਮੰਚ ਵਿੱਚ ਅੱਜ ਬੜੀ ਖੁਸ਼ੀ ਦੀ ਲਹਿਰ ਹੈ, ਕਿਉਂਕਿ ਜਿੱਥੇ ਅੱਜ ਬੜੇ ਲੰਬੇ ਸਮੇਂ ਤੋਂ ਜੋਬ ਕਰਦੇ ਆ ਰਹੇ ਨੇ, ਜਿਵੇਂ ਕਿ ਵੇਖ ਰਹੇ ਤੁਹਾਨੂੰ ਦੱਸ ਰਹੇ ਕਿ 90 ਤੋਂ ਆਪਣੀ ਜੋਬ ਕਰਦੇ ਆ ਰਹੇ ਨੇ, ਪਰ ਪਹਿਲੀ ਵਾਰ SHO ਰਵਿੰਦਰਪਾਲ ਸਿੰਘ ਜੀ ਵੱਲੋਂ ਜਿਹੜਾ ਜਨਾਲਾ ਦੇ ਵਿੱਚ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਕਿਉਂਕਿ ਹਰ ਇੱਕ ਨੂੰ ਚਾਹ ਹੁੰਦਾ ਆ ਇਹ ਦੀਵਾਲੀ ਦੇ ਤਿਉਹਾਰ 'ਤੇ ਕਿ ਸਾਨੂੰ ਕੋਈ ਸਨਮਾਨਿਤ ਕਰੇ ਅਤੇ ਅਸੀਂ ਕਿਸੇ ਨੂੰ ਸਨਮਾਨਿਤ ਕਰੀਏ। ਇਹ ਬਹੁਤ ਵਧੀਆ ਵਿਲੱਖਣ ਇੱਕ ਜਿਹੜੀ ਚੀਜ਼ ਪੇਸ਼ ਕੀਤੀ ਆ, ਸਾਨੂੰ ਵੀ ਚਾਹੀਦਾ ਇੱਦਾਂ ਰਲ ਮਿਲ ਕੇ ਕਿ ਆਪਣੇ ਜੂਨੀਅਰ ਨੂੰ ਉਹਨਾਂ ਮਾਣ ਸਨਮਾਨ ਦੇਈਏ, ਕਿਉਂਕਿ ਉਹਨਾਂ ਦਾ ਮਾਣ ਸਨਮਾਨ ਜਿਹੜਾ ਉੱਚਾ ਹੋ ਸਕੇ। ਤੁਸੀਂ ਜੁੜੇ ਰਹੋ ਇੱਦਾਂ ਹੀ ਪ੍ਰਾਈਮ ਮੋਦੀ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ ਅਜੇ ਦੇ ਨਾਲ ਦੇ ਨਾਲ ਤੋਂ ਜਗਜੀਤ ਸਿੰਘ ਦੀ ਰਿਪੋਰਟ। ਮੈਂ ਅਨੂਪ ਸਿੰਘ ਆਨੰਦ, ਅਰਵਿੰਦਰ ਏਜੰਸੀ ਲੁਧਿਆਣਾ ਵੱਲੋਂ ਆਪਣੇ ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ 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 ਵਧਾਈਆਂ ਦਿੰਦਾ। ਉਸ ਤੋਂ ਬਾਅਦ ਚੋਂ ਨਾਲੇ ਆਪਣਾ ਜੋ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ, ਉਹਦੀ ਵੀ ਸਾਰੀ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ। ਜੋ ਕਰੋਨਾ ਦੀ ਮਹਾਂਮਾਰੀ ਚੱਲ ਰਹੀ ਹੈ, ਉਸ ਤੋਂ ਥੋੜ੍ਹਾ ਜਿਹਾ ਸੋਸ਼ਲ ਡਿਸਟੈਂਸ ਆਪਣਾ ਬਣਾ ਕੇ ਰੱਖੋ, ਆਪਣਾ ਔਰ ਆਪਣੇ ਪਰਿਵਾਰ ਦਾ ਰਾਖੇ ਆਪ ਬਣੋ, ਆਪ ਹੀ ਰਾਖੇ ਬਣੋ। ਇੱਕ ਵਾਰੀ ਫਿਰ ਦੀਵਾਲੀ ਦੀਆਂ ਲੱਖ 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 ਵਧਾਈਆਂ।